ਸਤਿ ਸ਼੍ਰੀ ਅਕਾਲ ਜੀ, ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪ੍ਰਭਜੋਤ ਸਿੱਧੂ ਤੇ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਸੁਰਖੀਆਂ ਤੇ। ਡੇਢ ਦਿਨ ਦਾ ਹੋ ਨਿਬੜਿਆ ਵਿਧਾਨ ਸਭਾ ਦਾ ਸੈਸ਼ਨ, ਸਿਆਸੀ ਪਾਰਟੀਆਂ ਨੇ ਕੀਤਾ ਜ਼ਬਰਦਸਤ ਵਿਰੋਧ, ਆਪ ਅਤੇ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਲਿਆ ਕਰੜੇ ਹੱਥੀ। ਕਮਲਨਾਥ ਮਾਮਲੇ ਤੇ ਗਰਮਾਈ ਸਿਆਸਤ, ਵਿਰੋਧੀ ਪਾਰਟੀਆਂ ਨੇ ਕਾਂਗਰਸ ਦੇ ਫੈਸਲੇ ਦਾ ਕੀਤਾ ਸਖ਼ਤ ਵਿਰੋਧ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ਨੇ ਛਿੜੀ ਨਵੀਂ ਚਰਚਾ, ਮਨਜੀਤ ਸਿੰਘ ਜੀਕੇ ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਨ ਦੇ ਹੁਕਮ। ਹਾਕੀ ਵਿਸ਼ਵ ਕੱਪ ਚੋਂ ਭਾਰਤ ਹੋਇਆ ਬਾਹਰ, ਨੀਦਰਲੈਂਡ ਨੇ 2-1 ਨਾਲ ਦਿੱਤੀ ਕਰਾਰੀ ਮਾਤ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਥਾਰ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੁਣ ਡੇਢ ਦਿਨ ਤੱਕ ਸਿਮਟ ਗਿਆ, ਜਦਕਿ ਤੀਸਰੇ ਦਿਨ ਜੋ ਸੈਸ਼ਨ ਚੱਲਣਾ ਸੀ ਉਹ ਹੁਣ ਨਹੀਂ ਚੱਲੇਗਾ, ਜਿਸ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਪ੍ਰੈਸ ਕਾਨਫਰੰਸਾਂ ਕਰਕੇ ਵਿਰੋਧ ਜਤਾਇਆ ਜਾ ਰਿਹਾ। ਇਸੇ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ, ਬਾਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ। ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਮਾਂ ਘਟਾਉਣ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਰਕਾਰ ਮੁੱਦਿਆਂ ਤੋਂ ਭੱਜਦੀ ਜਾ ਰਹੀ ਹੈ। ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਕਰਕੇ ਇਹਨਾਂ ਮੁੱਦਿਆਂ ਤੇ ਬਹਿਸ ਕਰਨ ਤੋਂ ਭੱਜ ਰਹੀ ਹੈ। ਸਾਨੂੰ ਮਿਲੀ ਜਾਣਕਾਰੀ ਅਨੁਸਾਰ ਜੋ ਪੰਜਾਬ ਸਰਕਾਰ ਹੈ, ਜਿਹੜਾ ਉਹਨਾਂ ਨੇ ਪਹਿਲਾਂ ਸੈਸ਼ਨ ਦੇ 4 ਦਿਨ ਨੋਟੀਫਾਈ ਕੀਤੇ ਸੀ, ਉਹਨੂੰ ਘਟਾ ਕੇ ਉਹ ਸੈਸ਼ਨ ਜਿਹੜਾ ਹੈ 1 ਦਿਨ ਦਾ ਕਰਨ ਜਾ ਰਹੀ ਹੈ। ਬਿਜ਼ਨਸ ਸਰਵਾਈਡਿੰਗ ਕਮੇਟੀ ਦੇ ਵਿੱਚ ਮੈਨੂੰ ਸਪੈਸ਼ਲ ਇਨਵਾਈਟੀ ਦੇ ਤੌਰ 'ਤੇ ਉੱਥੇ ਅਕਾਲੀ ਦਲ ਵੱਲੋਂ ਬੁਲਾਇਆ ਗਿਆ ਸੀ ਅਤੇ ਉੱਥੇ ਸਰਕਾਰ ਨੇ ਆਪਦਾ ਪੱਖ ਰੱਖਿਆ ਸੀ ਵੀ ਸਾਡੇ ਕੋਲ ਜਿਹੜਾ ਹੈ ਜ਼ਿਆਦਾ ਬਿਜ਼ਨਸ ਨਹੀਂ ਹੈ ਕੰਡਕਟ ਕਰਨ ਵਾਸਤੇ, ਅਸੀਂ ਇਸ ਕਰਕੇ ਜਿਹੜਾ ਸੈਸ਼ਨ ਛੋਟਾ ਕੀਤਾ ਜਾਵੇ। ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਮੈਂ ਇਹ ਪੱਖ ਰੱਖਿਆ ਸੀ ਕਿ ਬਹੁਤ ਲੋਕਾਂ ਦੇ ਮੁੱਦੇ ਨੇ ਜਿਹੜੇ ਅੱਜ ਡਿਸਕਸ਼ਨ ਜਿਨ੍ਹਾਂ 'ਤੇ ਹੋਣ ਵਾਲੀ ਹੈ ਉਹ ਸਾਰੀਆਂ ਗੱਲਾਂ ਤੋਂ ਜਿਹੜੀ ਹੈ ਕਾਂਗਰਸ ਭੱਜਦੀ ਜਾ ਰਹੀ ਹੈ। ਉਹਨਾਂ ਨੇ ਉਹ ਮੀਟਿੰਗ ਸਿਰਫ ਇਹ ਕਹਿ ਕੇ ਸਮਾਪਤ ਕਰਤੀ ਕਿ ਤੁਹਾਡਾ ਪੱਖ ਅਸੀਂ ਸੁਣ ਲਿਆ ਅਤੇ ਅਸੀਂ ਜਿਹੜਾ ਹੈ ਇਹ ਜਿਹੜੀ ਹੈ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਕੱਲ੍ਹ ਨੂੰ ਅਸੀਂ ਵਿਚਾਰ ਕੇ ਪੇਸ਼ ਕਰ ਦਾਂਗੇ। ਸੋ ਲੋਕਤੰਤਰ ਦਾ ਇਹ ਬਹੁਤ ਵੱਡਾ ਕਾਣ ਹੋ ਰਿਹਾ, ਸਰਕਾਰ ਆਪਦੀਆਂ ਨਾਕਾਮੀਆਂ ਕਰਕੇ ਇਹ ਗੱਲਾਂ ਤੋਂ ਬਹਿਸ ਕਰਨ ਨੂੰ ਭੱਜ ਰਹੀ ਹੈ ਅਤੇ ਜੇ ਜਿਸ ਤਰ੍ਹਾਂ ਉਹਨਾਂ ਨੇ ਇਸ ਸੈਸ਼ਨ ਨੂੰ ਕਰਟੇਲ ਕਰਨ ਦੀ ਇਹਨੂੰ ਇਹਦਾ ਸਮਾਂ ਘਟਾਉਣ ਦੀ ਜਿਹੜੀ ਵਿਉਂਤ ਬਣਾ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਉਹਦਾ ਪੂਰਾ ਡਟ ਕੇ ਵਿਰੋਧ ਕਰੇਗਾ ਅਤੇ ਅਸੀਂ ਜਿਹੜਾ ਹੈ ਇਸ ਗੱਲ ਦਾ ਦਬਾਅ ਫਿਰ ਪਾਵਾਂਗੇ ਵੀ ਜਿਹੜਾ ਇਸ ਸੈਸ਼ਨ ਨੂੰ ਘੱਟੋ ਘੱਟ ਜਿਹੜਾ 1 ਹਫ਼ਤੇ ਦਾ ਸੈਸ਼ਨ ਹੋਣਾ ਚਾਹੀਦਾ ਹੈ ਤਾਂ ਕਿ ਹਰ ਹਲਕੇ ਦੇ ਨਾਲ ਹਰ ਵਰਗ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਮੁਸ਼ਕਲਾਂ ਨੇ ਉਹਨਾਂ ਨੂੰ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਵਿਧਾਨ ਸਭਾ ਵਿੱਚ ਰੱਖ ਸਕੀਏ, ਸਰਕਾਰ ਦੇ ਧਿਆਨ ਵਿੱਚ ਲਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਵਿਧਾਨ ਸਭਾ ਸੈਸ਼ਨ ਦਾ ਸਮਾਂ ਡੇਢ ਦਿਨ ਤੱਕ ਸੀਮਤ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਜਿਹੜਾ ਇਹ ਸੈਸ਼ਨ ਚੱਲ ਰਿਹਾ ਹੈ ਇਹ ਮਹਿਜ਼ 3 ਦਿਨ ਦਾ ਸੈਸ਼ਨ ਰੱਖਿਆ ਗਿਆ, ਕਹਿਣ ਨੂੰ 3 ਦਿਨ ਸੀਗੇ ਜਿਹਦੇ ਵਿੱਚ ਅੱਜ ਦਾ ਦਿਨ ਸਿਰਫ ਓਬੀਚਰੀਜ਼ ਸ਼ਰਧਾਂਜਲੀਆਂ ਵਿਛੜੀਆਂ ਰੂਹਾਂ ਨੂੰ ਦੇ ਕੇ 15 ਮਿੰਟਾਂ ਦੇ ਵਿੱਚ ਸਰਕਾਰ ਨੂੰ ਅਤੇ ਕੈਪਟਨ ਅਤੇ ਸਪੀਕਰ ਸਾਹਿਬ ਨੂੰ ਸ਼ਾਇਦ ਥਕੇਵਾਂ ਹੋ ਗਿਆ, 15 ਮਿੰਟ ਦਾ ਸੈਸ਼ਨ ਅੱਜ ਵਾਈਂਡ ਅਪ ਕਰ ਦਿੱਤਾ। ਕੱਲ੍ਹ ਦੇ 2 ਸੈਸ਼ਨ ਰੱਖੇ ਗਏ ਸੀਗੇ ਸ਼ੁੱਕਰਵਾਰ ਦੇ, ਕੱਲ੍ਹ ਸਵੇਰ ਦਾ ਸੈਸ਼ਨ, ਦੁਪਹਿਰ ਦਾ ਸੈਸ਼ਨ ਔਰ ਪਰਸੋਂ ਦਾ 1 ਸੈਸ਼ਨ, 3 ਸੈਸ਼ਨ ਰੱਖੇ ਗਏ ਸੀਗੇ। ਇਹਨਾਂ 3 ਸੈਟਿੰਗਸ ਦੇ ਵਿੱਚ ਮੈਂ ਕਿਹਾ ਤਕਰੀਬਨ 125 ਦੇ ਕਰੀਬ ਸਵਾਲ ਨੇ, ਜਿਹੜੇ ਕੁਐਸਚਨ ਨੇ ਲੋਕਾਂ ਦੇ ਹਿੱਤਾਂ ਦੇ ਆਪਣੇ ਆਪਣੇ ਹਲਕਿਆਂ ਦੇ 125 ਪਲੱਸ ਸਵਾਲ ਨੇ ਜਿਹੜੇ ਉਹ ਇਕੱਲੇ ਆਮ ਆਦਮੀ ਪਾਰਟੀ ਦੇ ਲੱਗੇ ਹੋਏ ਨੇ, ਟੋਟਲ ਮਿਲਾ ਕੇ ਸ਼ਾਇਦ ਮੈਨੂੰ ਲੱਗਦਾ 250-350 ਦੇ ਕਰੀਬ ਸਵਾਲ ਲੱਗੇ ਹੋਣਗੇ। 23 ਕਾਲ ਅਟੈਂਸ਼ਨ ਮੋਸ਼ਨਸ ਲੱਗੀਆਂ ਹੋਈਆਂ ਨੇ, ਧਿਆਨ ਦਿਵਾਊ ਮਤੇ ਇਸੇ ਸੈਸ਼ਨ ਦੇ ਵਿੱਚ, ਜਿਹਦੇ ਵਿੱਚੋਂ 10 ਆਮ ਆਦਮੀ ਪਾਰਟੀ ਦੇ ਨੇ, ਆਹ ਲਿਸਟ ਹੈ ਉਹਦੀ ਮੇਰੇ ਕੋਲੇ। ਅਤੇ ਇਹਨਾਂ ਲਈ ਅਸੀਂ ਬੇਨਤੀ ਕਰਨ ਗਏ ਸੀਗੇ ਅਤੇ ਸਪੀਕਰ ਸਾਹਿਬ ਨੇ ਮੈਨੂੰ ਦੱਸਿਆ ਕਿ 3 ਦਿਨਾਂ ਦੀ 3 ਸੈਟਿੰਗਾਂ ਦੀ ਕਿੱਥੇ ਗੱਲ ਕਰਦੇ, ਸਿਟਿੰਗ ਸੈਸ਼ਨ ਦਾ ਸਿਰਫ 1 ਦਿਨ 1 ਸੈਟਿੰਗ ਦਾ, 3 ਸੈਟਿੰਗਾਂ ਜਿਹੜੀਆਂ ਇਸ ਸੈਸ਼ਨ ਦੇ ਵਿੱਚ ਰੱਖੀਆਂ ਗਈਆਂ ਸੀਗੀਆਂ ਉਹ ਸਪੀਕਰ ਸਾਹਿਬ ਨੇ ਅਤੇ ਸਰਕਾਰ ਨੇ ਰਲ ਕੇ, ਤਾਂ ਕਿ ਅਸੀਂ ਉਹਨਾਂ ਦੇ ਮਸਲੇ, ਲੋਕਾਂ ਦੇ ਮਸਲੇ ਸਰਕਾਰ ਨੂੰ ਨਾ ਸਵਾਲ ਕਰ ਸਕੀਏ, ਨਾ ਸਰਕਾਰ ਨੂੰ ਘੇਰ ਸਕੀਏ। ਅਤੇ ਇਸ ਲਈ ਸਪੀਕਰ ਸਾਹਿਬ ਨੇ ਸਰਕਾਰ ਦੇ ਇਸ਼ਾਰੇ ਦੇ ਉੱਪਰ 3 ਸੈਟਿੰਗ ਦੀ ਬਜਾਏ ਸਿਰਫ 1 ਸੈਟਿੰਗ ਰੱਖ ਦਿੱਤੀ ਹੈ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੇਵਲ ਡੇਢ ਤੱਕ ਸੀਮਤ ਕਰਕੇ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ, ਜਿਸ ਨੇ ਵਿਰੋਧੀ ਪਾਰਟੀਆਂ ਨੂੰ ਤੰਜ ਕਸਣ ਦਾ ਮੌਕਾ ਦੇ ਦਿੱਤਾ ਹੈ। ਬਿਊਰੋ ਰਿਪੋਰਟ।
ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਕਮਲਨਾਥ ਦਾ ਨਾਮ ਆਉਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਚਰਚਾ ਛਿੜ ਗਈ ਹੈ। ਜਿੱਥੇ ਕਾਂਗਰਸੀ ਆਗੂਆਂ ਵੱਲੋਂ ਇਸ ਦਾ ਸਮਰਥਨ ਕੀਤਾ ਜਾ ਰਿਹਾ ਤਾਂ ਉੱਥੇ ਹੀ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕਮਲਨਾਥ ਬਾਰੇ ਦਿੱਤੇ ਬਿਆਨ ਤੋਂ ਬਾਅਦ ਇਸ ਮੁੱਦੇ 'ਤੇ ਸਿਆਸਤ ਹੋਰ ਵੀ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਬਿਆਨ ਨੂੰ ਘਟੀਆ ਅਤੇ ਸ਼ਰਮਨਾਕ ਦੱਸਿਆ ਹੈ। ਤੱਕ ਕਿ ਕਾਂਗਰਸ ਦੇ ਕੈਬਨਿਟ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ 1984 ਦੇ ਕਾਤਲਾਂ ਦੇ ਸੰਬੰਧ ਵਿੱਚ ਬਿਆਨ ਆਇਆ ਬਹੁਤ ਹੀ ਘਟੀਆ, ਬਹੁਤ ਹੀ ਸ਼ਰਮਨਾਕ ਹੈ ਔਰ ਮੈਂ ਸਮਝਦਾ ਕਿ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਆ ਉਹ ਕਤਲ ਕੀਤੇ ਗਏ ਹੋਣ, ਰੰਧਾਵਾ ਸਾਹਿਬ ਇਹ ਕਹਿਣ ਕਿ ਕੀ ਫਰਕ ਪੈਂਦਾ, ਸਾਡੇ ਕਾਂਗਰਸ ਦੇ ਲੀਡਰ ਦਰਬਾਰ ਸਾਹਿਬ ਮੱਥਾ ਟੇਕ ਆਇਆ, ਇਸ ਕਰਕੇ ਕੰਮ ਖਤਮ ਹੋ ਗਿਆ। ਕਮਲਨਾਥ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਾਈ ਜਾ ਰਹੀ ਹੋਵੇ ਜਿਹਦੇ 'ਤੇ 1984 ਦੇ ਕਤਲੇਆਮ ਦਾ ਦੋਸ਼ ਹੈ ਅਤੇ ਰੰਧਾਵਾ ਸਾਹਿਬ ਕਹਿਣ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ, ਸਾਡੇ ਲੀਡਰ ਵੀ ਜਾ ਕੇ ਦਰਬਾਰ ਸਾਹਿਬ ਮੱਥਾ ਟੇਕ ਆਏ, ਮੈਂ ਸਮਝਦਾ ਕਿ ਇਸ ਤੋਂ ਮਾੜੀ ਘਟਨਾ ਕੀ ਹੋ ਸਕਦੀ ਹੈ ਅੱਜ ਪਤਾ ਲੱਗਦਾ ਹੈ। ਉੱਥੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਰੰਧਾਵਾ ਦੇ ਇਸ ਬਿਆਨ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ ਹੈ। ਜੀ ਬਿਲਕੁਲ, ਸੁਖਜਿੰਦਰ ਰੰਧਾਵਾ ਜੀ ਦਾ ਇਹ ਬਿਆਨ ਬੜਾ ਹੀ ਸ਼ਰਮਨਾਕ ਔਰ ਬੜੇ ਹੀ ਘਟੀਆ ਕਿਸਮ ਦਾ ਬਿਆਨ ਆ। ਇਹ ਗੱਲ ਕਹਿਣ ਦੇਣੀ ਕਿ 1984 ਦੇ ਕਤਲੇਆਮ ਕਰਨ ਵਾਲੇ ਲੋਕ ਸ਼੍ਰੀ ਦਰਬਾਰ ਸਾਹਿਬ 'ਤੇ ਬਹੁਤ ਵਾਰ ਆਏ ਨੇ, ਉਸ ਕਾਂਗਰਸ ਦੇ ਲੀਡਰ ਜਿਨ੍ਹਾਂ ਨੇ 8,000 ਤੋਂ ਜ਼ਿਆਦਾ ਬੇਗੁਨਾਹ ਸਿੱਖਾਂ ਦੇ ਗਲਾਂ 'ਚ ਪੈਰਾਂ ਪਾ ਪਾ ਕੇ ਅੱਗ ਲਾਈ ਹੋਵੇ, ਧੀਆਂ ਭੈਣਾਂ ਦੀ ਪੱਤ ਲੁੱਟੀ ਹੋਵੇ, ਉਹ ਇਹ ਕਹਿਣ ਕਿ ਅਸੀਂ ਸ਼੍ਰੀ ਦਰਬਾਰ ਸਾਹਿਬ 'ਤੇ ਬੜੀ ਵਾਰ ਮੱਥਾ ਟੇਕਣ ਗਏ ਹਾਂ, ਇਹਦੇ ਨਾਲ ਉਹ ਬਖਸ਼ੇ ਜਾ ਸਕਦੇ ਨੇ, ਗਾਂਧੀ ਪਰਿਵਾਰ ਇਹਦੇ ਨਾਲ ਬਖਸ਼ਿਆ ਜਾ ਸਕਦਾ, ਕਮਲਨਾਥ ਇਹਦੇ ਨਾਲ ਬਖਸ਼ਿਆ ਜਾ ਸਕਦਾ, ਸੱਜਣ ਕੁਮਾਰ ਇਹਦੇ ਨਾਲ ਬਖਸ਼ਿਆ ਜਾ ਸਕਦਾ, ਟਾਈਟਲ ਇਹਦੇ ਨਾਲ ਬਖਸ਼ਿਆ ਜਾ ਸਕਦਾ। ਇੱਥੋਂ ਇੱਕ ਗੱਲ ਬੜੀ ਸਪਸ਼ਟ ਹੁੰਦੀ ਆ ਕਿ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਆ ਜੋ ਸਿੱਖਾਂ ਨਾਲ ਨਹੀਂ ਖੜੀ ਬਲਕਿ ਸਿੱਖਾਂ ਦੇ ਕਾਤਲਾਂ ਨਾਲ ਜਾ ਕੇ ਖੜੀ ਹੋ ਗਈ ਆ। ਇਸ ਮੁੱਦੇ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਿਸ ਨੂੰ ਮੁੱਖ ਮੰਤਰੀ ਬਣਾਉਣਾ ਹੈ ਇਹ ਹਾਈ ਕਮਾਂਡ ਦਾ ਕੰਮ ਹੈ। ਗੁਜਰਾਤ ਦਾ ਆਰੋਪੀ ਆ, ਉਸਕੋ ਪ੍ਰਾਈਮ ਮਿਨਿਸਟਰ ਬਣਾਇਆ ਗਿਆ, ਵੋ ਮਾਨਤੇ ਹੈ ਕਿ ਨਹੀਂ? ਅਕਾਲੀ ਮਾਨੇ ਕੋ ਗੁਜਰਾਤ ਮੇਂ ਆਰੋਪੀ ਕੌਣ ਹੈ? ਕਿਸਕੋ ਅਟਲ ਬਿਹਾਰੀ ਵਾਜਪੇਈ ਨੇ ਕਿਹਾ ਥਾ ਕਿ ਰਾਜ ਧਰਮ ਵੀ ਕੋਈ ਹੈ, ਵੋ ਕੌਣ ਹੈ? ਅਗਰ ਵੋ ਪ੍ਰਾਈਮ ਮਿਨਿਸਟਰ ਬਣ ਸਕਤਾ ਤੋ ਸ਼ਾਇਦ ਵੋ ਚੀਫ ਮਿਨਿਸਟਰ ਵੀ ਬਣ ਸਕਤਾ ਵਾ, ਮਗਰ ਇਹ ਸੋਚਣਾ ਹਾਈ ਕਮਾਂਡ ਕਾ ਕੰਮ ਹੈ ਮੇਰਾ ਨਹੀਂ। ਆਮ ਆਦਮੀ ਪਾਰਟੀ ਦੇ ਬਾਕੀ ਨੇਤਾ ਸੁਖਪਾਲ ਖਹਿਰਾ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮੁੱਦੇ ਤੇ ਆਪਣਾ ਸਟੈਂਡ ਸਪਸ਼ਟ ਕਰਨ ਦੀ ਗੱਲ ਆਖੀ ਹੈ। ਜਿਨ੍ਹਾਂ ਨੇ 1984 ਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਇੱਕ ਹਜੂਮ ਨੂੰ ਸਿੱਖ ਕਤਲੇਆਮ ਵਿੱਚ ਹਿੱਸਾ ਲਿਆ ਸੀਗਾ ਜੀ, ਸਿੱਖ ਆਗੂਆਂ ਦੇ ਖਿਲਾਫ ਤਾਂ ਬੜੀ ਛੇਤੀ ਆਪਣਾ ਵਿਰੋਧ ਕਰਦੇ ਨੇ, ਪਰੰਤੂ ਕੀ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਜੀ ਨੂੰ ਕਹਿ ਕੇ ਅਤੇ ਕਮਲਨਾਥ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣਗੇ? ਕਿਉਂਕਿ ਉਹਨਾਂ ਨੇ ਸਿੱਖ ਕੌਮ ਦੇ ਨਾਲ ਬਹੁਤ ਵੱਡਾ ਇੱਕ ਧੋਖਾ ਕੀਤਾ, ਕਤਲੇਆਮ ਵਿੱਚ ਹਿੱਸਾ ਲਿਆ, ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ। ਇਸ ਮੁੱਦੇ 'ਤੇ ਸਿਆਸਤ ਗਰਮਾਉਣ ਤੋਂ ਬਾਅਦ ਹੁਣ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਹਾਈ ਕਮਾਨ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਕੀ ਫੈਸਲਾ ਲੈਂਦੀ ਹੈ। ਬਿਊਰੋ ਰਿਪੋਰਟ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀਆਂ ਮੁਸ਼ਕਲਾਂ ਵੱਧਦੀਆਂ ਸਕਦੀਆਂ ਨੇ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮਨਜੀਤ ਸਿੰਘ ਜੀਕੇ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਨੇ। ਕੋਰਟ ਨੇ ਦਿੱਲੀ ਪੁਲਿਸ ਨੂੰ 24 ਘੰਟਿਆਂ ਵਿੱਚ ਕੇਸ ਦਰਜ ਕਰਕੇ ਹੁਕਮਾਂ ਦੀ ਪਾਲਣਾ ਦੀ ਰਿਪੋਰਟ ਕੋਰਟ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਨੇ। ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਰਜਕਾਰਨੀ ਵੀ ਇਸੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਰਕੇ ਭੰਗ ਕਰਨੀ ਪਈ ਸੀ। ਦਿੱਲੀ ਦੇ ਸਰਨਾ ਧੜੇ ਦੇ ਲੀਡਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਕਮੇਟੀ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ, ਜਿਸ ਦੇ ਤਹਿਤ ਅਦਾਲਤ ਨੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਨੇ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਭੰਗ ਕਰਕੇ ਹੁਣ ਕਮੇਟੀ ਦੀਆਂ ਚੋਣਾਂ ਨਵੇਂ ਸਿਰਿਓਂ ਹੋਣਗੀਆਂ। ਯਾਦ ਰਹੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ 51 ਲੱਖ ਰੁਪਏ ਦੇ ਕੈਸ਼, 82,000 ਕਿਤਾਬਾਂ ਦੇ ਫਰਜ਼ੀ ਕੰਪਨੀ ਬਣਾ ਕੇ ਕੱਪੜੇ ਦੇ ਇਲਜ਼ਾਮ ਲੱਗੇ ਹਨ। ਦਿੱਲੀ ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਵਿੱਚ ਇਸ ਮਾਮਲੇ ਵਿੱਚ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸਮੇਤ 2 ਹੋਰ ਮੁਲਜ਼ਮ ਕਰਾਰ ਦਿੱਤੇ ਗਏ ਨੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਹਰਲੇ ਸੂਬਿਆਂ ਵਿੱਚ ਪਾਰਟੀ ਦੇ ਜਥੇਬੰਧਕ ਢਾਂਚੇ ਦਾ ਪੁਨਰਗਠਨ ਕਰਨ ਲਈ ਪਾਰਟੀ ਦੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਅਬਜ਼ਰਵਰਾਂ ਬਲਵਿੰਦਰ ਸਿੰਘ ਪੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਿਕੰਦਰ ਸਿੰਘ ਮਲੂਕਾ ਦੀ ਸਿਫਾਰਿਸ਼ 'ਤੇ ਇਹਨਾਂ ਤਿੰਨਾਂ ਸੂਬਿਆਂ ਦੀਆਂ ਜਥੇਬੰਧਕ ਇਕਾਈਆਂ ਨੂੰ ਭੰਗ ਕਰਨ ਦਾ ਫੈਸਲਾ ਕੀਤਾ। ਸਭਾ ਚੋਣਾਂ ਦੇਖਦੇ ਹੋਏ ਉੱਤਰ ਪ੍ਰਦੇਸ਼, ਰਾਜਸਥਾਨ ਦੀ ਜਿਹੜੀਆਂ ਬਾਹਰ ਦੀਆਂ ਇਕਾਈਆਂ ਨੇ ਇਹਨੂੰ ਰੀਸਟਰਕਚਰ ਕਰਨ ਲਈ ਪਾਰਟੀ ਨੇ ਫੈਸਲਾ ਕੀਤਾ। ਨਵਾਂ ਪ੍ਰਧਾਨ ਕਿਹੜਾ ਹੋਏਗਾ? ਅਜੇ ਤਾਂ ਕੋਈ ਨਹੀਂ, ਅਜੇ ਤਾਂ ਜਲਦੀ ਹੀ ਹੋ ਜਾਏਗਾ ਨਵਾਂ ਵੀ। ਅਤੇ ਜਿਹੜੇ ਇੱਥੋਂ ਦੇ ਵਰਕਰ ਨੇ ਦਿੱਲੀ ਦੇ, ਉੱਤਰ ਪ੍ਰਦੇਸ਼ ਦੇ, ਰਾਜਸਥਾਨ ਦੇ, ਇਹ ਜਿਹੜੇ ਮਤਲਬ ਇਹਨਾਂ ਸਾਰਿਆਂ ਨਾਲ ਗੱਲਬਾਤ ਕਰਕੇ ਰੀਓਰਗਨਾਈਜ਼ ਕਰਨਾ ਸਾਰਾ, ਇਸ ਕਰਕੇ ਭੰਗ ਕੀਤੀਆਂ ਨੇ ਤਿੰਨੇ ਇਕਾਈਆਂ। ਪਹਿਲਾਂ ਯੂਥ ਦਾ ਢਾਂਚਾ ਵੀ ਪੰਜਾਬ ਦੇ ਵਿੱਚ ਭੰਗ ਕਰ, ਭ੍ਰਿਸ਼ਟਾਚਾਰ ਨੂੰ ਦੇਖਦੇ ਹੋਏ ਪ੍ਰਧਾਨ ਤਾਂ ਨਹੀਂ ਬਦਲਿਆ ਗਿਆ? ਨਹੀਂ, ਇਹ ਤਾਂ ਓਵਰਆਲ ਪਾਰਟੀ ਦੀ ਪੋਲਿਸੀ ਆ ਵੀ ਜਿੱਥੇ ਮਤਲਬ ਹੋਰ ਐਕਟੀਵੇਟ ਕਰਨ ਲਈ, ਕਿਉਂਕਿ ਲੋਕ ਸਭਾ ਚੋਣਾਂ ਲੜਨੀਆਂ ਨੇ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਦੇ ਵਿੱਚ ਵੀ, ਪੰਜਾਬ ਅਤੇ ਹਰਿਆਣੇ ਦੇ ਨਾਲ ਨਾਲ, ਅਤੇ ਪੰਜਾਬ ਦੇ ਵਿੱਚ ਵੀ ਯੂਥ ਵਿੰਗ ਨੂੰ ਵੀ ਤਾਂ ਰੀਸਟਰਕਚਰ ਕੀਤਾ, ਇੱਥੇ ਵੀ ਰੀਓਰਗਨਾਈਜ਼ ਕਰਨੀ। ਜਿਹੜੀ ਨਵੀਂ ਇਕਾਈ ਬਣੇਗੀ ਉਹਦੇ ਵਿੱਚ ਨਵੇਂ ਚਿਹਰੇ ਹੋਣਗੇ ਜਾਂ ਪੁਰਾਣੇ ਚਿਹਰੇ ਨੂੰ ਜਗ੍ਹਾ ਬਾਈਟ ਬਾਈਟ ਕਰੂਗਾ? ਇਹ ਤਾਂ ਕੋਈ ਸ਼ਰਤ ਨਹੀਂ, ਨਵੇਂ ਵੀ ਹੋਣਗੇ, ਪੁਰਾਣੇ ਵੀ ਹੋਣਗੇ, ਸਾਰੇ ਰਲ ਕੇ ਹੀ ਬਣਾਈ ਜਾਊ। ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਵਾਲੇ ਪਾਸਿਓਂ ਵੀ ਕਾਰਵਾਈ ਸ਼ੁਰੂ ਹੋ ਗਈ ਹੈ। ਲਾਂਘੇ ਦੇ ਨਿਰਮਾਣ ਲਈ ਭਾਰਤ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਦੇ ਚੀਫ ਐਡੀਸ਼ਨਲ ਗ੍ਰਹਿ ਸਕੱਤਰ ਨਿਰਮਲ ਸਿੰਘ ਕਲਸੀ ਨੇ ਬਾਰਡਰ ਦਾ ਦੌਰਾ ਕੀਤਾ। ਇਸ ਮੌਕੇ ਭਾਰਤ ਵਾਲੇ ਪਾਸੇ ਤੋਂ ਨਿਰਮਾਣ ਕਾਰਜਾਂ ਲਈ ਸਰਵੇਖਣ ਕੀਤਾ ਗਿਆ। ਭਾਰਤ ਅਤੇ ਪਾਕਿਸਤਾਨ ਸਰਕਾਰਾਂ ਵੱਲੋਂ ਸਿੱਖਾਂ ਦੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਖਰੀ ਸਮੇਂ ਦੀ ਠਹਿਰਗਾਹ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਦੋਵੇਂ ਮੁਲਕਾਂ ਵੱਲੋਂ ਇਸ ਪ੍ਰੋਜੈਕਟ ਦੇ ਨੀਂਹ ਪੱਥਰ ਵੀ ਰੱਖੇ ਜਾ ਚੁੱਕੇ ਨੇ। ਹੁਣ ਭਾਰਤ ਵਾਲੇ ਪਾਸੇ ਤੋਂ ਨਿਰਮਾਣ ਕਾਰਜਾਂ 'ਚ ਤੇਜ਼ੀ ਲਿਆਉਣ ਲਈ ਇਸ ਪ੍ਰੋਜੈਕਟ ਦੇ ਸਰਵੇਖਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਚੀਫ ਐਡੀਸ਼ਨਲ ਗ੍ਰਹਿ ਸਕੱਤਰ ਨਿਰਮਲ ਸਿੰਘ ਕਲਸੀ ਖਾਸ ਤੌਰ 'ਤੇ ਸਰਹੱਦ 'ਤੇ ਪਹੁੰਚੇ। ਉਹਨਾਂ ਦੇ ਨਾਲ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਵੀ ਮੌਜੂਦ ਰਹੇ। ਇਸ ਮੌਕੇ 'ਤੇ ਬਣਨ ਵਾਲੇ ਪ੍ਰੋਜੈਕਟ ਦਾ ਮੁੱਢਲਾ ਸਰਵੇਖਣ ਕੀਤਾ ਗਿਆ। ਅੱਜ ਥੋੜ੍ਹੇ ਨੈਸ਼ਨਲ ਹਾਈਵੇ ਅਤੇ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਟੀਮ ਉਹ ਆਈ ਹੈ, ਅਤੇ ਨਾਲ ਹੀ ਪੰਜਾਬ ਗਵਰਨਮੈਂਟ ਵੱਲੋਂ ਹੋਮ ਸੈਕਟਰੀ, ਉਹਨਾਂ ਨੂੰ ਨੋਡਲ ਆਫਿਸਰ ਜਿਹੜਾ ਅਪੁਆਇੰਟ ਕੀਤਾ ਗਿਆ, ਉਹਨਾਂ ਨੇ ਦੇਖਿਆ। ਨਾਲ ਹੀ ਅਸੀਂ ਦੇਖਿਆ ਕਿ ਜਿਹੜੀ ਜੋ ਵੀ ਇੱਥੇ ਇਨਫਰਾਸਟ੍ਰਕਚਰ ਚਾਹੀਦਾ, BSF ਦਾ, ਕਸਟਮ ਦਾ, ਪਾਸਪੋਰਟ ਵਾਲਿਆਂ ਦਾ, ਸਾਰੇ ਜਿਹੜੇ ਇੱਥੇ ਆਫਿਸ ਬਣਨਗੇ, ਉਹਦੀ ਜ਼ਮੀਨ ਜਿਹੜੀ ਬਿਲਕੁਲ ਇਹਦੇ ਨਾਲ ਅਕੁਆਇਰ ਕਰਕੇ, ਤੋ ਸਾਰਾ ਇੰਤਜ਼ਾਮ ਇਹ ਕਰਨਗੇ। ਜਿਹੜੀ ਪ੍ਰਪੋਜ਼ਲ ਸਾਡੀ 2-4 ਦਿਨ 'ਚ ਬਣਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦੇਣਗੇ, ਕਿਉਂਕਿ ਸਾਰੇ ਆਫਿਸਰਾਂ ਨੇ ਆਪਣਾ ਆਪਣੇ ਅੱਜ ਵਿਊਜ਼ ਦੱਸ ਦਿੱਤੇ ਕਿ ਸਾਡੀ ਕੀ ਰਿਕੁਆਇਰਮੈਂਟਸ ਨੇ, ਕੀ ਅਸੀਂ ਕਰਨਾ, ਉਹ ਪੂਰਾ ਕੰਪਲੀਟ ਕਰ ਦਿੱਤਾ। ਔਰ ਨੈਕਸਟ 2-3 ਡੇਜ਼ ਜਿਹੜੀ ਰਿਪੋਰਟ ਜਿਹੜੀ ਗਵਰਨਮੈਂਟ ਆਫ ਇੰਡੀਆ ਨੂੰ ਸਬਮਿਟ ਕਰ ਦਿੱਤੀ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇੱਕ ਰਿਪੋਰਟ ਜਲਦ ਤਿਆਰ ਕਰਕੇ ਅਗਲੇ ਕੁਝ ਦਿਨਾਂ 'ਚ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਜ਼ਮੀਨ ਦੀ ਜਿਹੜੀ ਇਹ ਟਾਈਮ 'ਤੇ ਅਜੇ ਲੱਗੇਗਾ, ਜ਼ਮੀਨ ਅਕੁਆਇਰ ਹੋਏਗੀ, ਪਰ ਇਹ ਜ਼ਰੂਰ ਹੈ ਕਿ 2019 'ਚ ਸ਼ਤਾਬਦੀ ਜਿਹੜੀ ਉਹ ਕਰਤਾਰਪੁਰ ਸਾਹਿਬ ਜਾ ਕੇ ਮਨਾਈ ਜਾਏ। ਲਾਂਘੇ ਦੇ ਤਿਆਰ ਹੋਣ ਦੇ ਸਮੇਂ ਦੀ ਸੀਮਾ ਦੀ ਗੱਲ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 2019 ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਹੀ ਮਨਾਉਣਗੀਆਂ। ਇਸ ਦੌਰਾਨ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਸੰਸਦ 'ਚ ਕੇਂਦਰ ਸਰਕਾਰ ਤੋਂ ਕਰਤਾਰਪੁਰ ਲਾਂਘੇ ਦੇ ਵਿਕਾਸ ਅਤੇ ਨਿਰਮਾਣ ਬਾਰੇ ਸਵਾਲ ਵੀ ਕੀਤਾ ਹੈ। ਔਜਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਲਾਂਘੇ ਦੇ ਨਿਰਮਾਣ ਦੇ ਨਾਲ ਨਾਲ ਇਸ ਖੇਤਰ ਦੇ ਹੋਰ ਸ਼ਹਿਰਾਂ ਦਾ ਵੀ ਵਿਕਾਸ ਕੀਤਾ ਜਾਵੇ ਤਾਂ ਜੋ ਸੰਗਤ ਨੂੰ ਦਰਸ਼ਨਾਂ ਸਮੇਂ ਕੋਈ ਔਖ ਨਾ ਹੋਵੇ। ਕਰਦੇ ਮੈਂ ਇਹਨਾਂ ਨੂੰ ਇਹੀ ਪੁੱਛਿਆ ਕਿ ਇੱਕ ਜਿਹੜਾ ਲੋਕ ਉੱਥੇ ਆਉਣੇ, ਇਹਨਾਂ ਨੂੰ ਜਿਹੜਾ ਪਬਲਿਕ ਟਰਾਂਸਪੋਰਟੇਸ਼ਨ ਹੋਊਗੀ ਉਹ ਕਿਵੇਂ ਹੋਏਗੀ, ਕਿਉਂਕਿ ਅੰਮ੍ਰਿਤਸਰ ਦੀ ਆਲਰੇਡੀ ਜਿਹੜੀ ਟ੍ਰੈਫਿਕ ਹੈ ਬਹੁਤ ਜ਼ਿਆਦਾ ਹੈ ਔਰ ਲੋਕਾਂ ਲਈ ਉੱਥੇ ਤੱਕ ਪਹੁੰਚਣਾ ਮੁਸ਼ਕਿਲ ਹੋਏਗਾ, ਜੈਮ ਲੱਗਣਗੇ ਸੜਕਾਂ ਦੇ ਉੱਤੇ। ਔਰ ਉਹਦੇ ਵਾਸਤੇ ਇਹਨਾਂ ਕੋਲੋਂ ਮੈਂ ਮੰਗ ਕੀਤੀ ਕਿ ਏਅਰਪੋਰਟ ਤੱਕ ਜਿਹੜਾ ਰੋਡ ਹੈ ਉਹ ਐਲੀਵੇਟਡ ਬਣਾਇਆ ਜਾਵੇ ਅੰਮ੍ਰਿਤਸਰ ਇੰਟਰਨੈਸ਼ਨਲ ਤੱਕ ਬੱਸ ਸਟੈਂਡ ਤੋਂ ਲੈ ਕੇ, ਅਤੇ ਬੱਸ ਸਟੈਂਡ ਤੋਂ ਰੇਲ ਜਿਹੜੇ ਰੋਡ ਆਉਂਦੀ ਜਿਹੜੀ ਅਜਨਾਲਾ ਰੋਡ NH-25 ਹੈ, ਇਹਨੂੰ ਫਰੀਵੇ ਬਣਾਇਆ ਜਾਵੇ ਡੇਰਾ ਬਾਬਾ ਨਾਨਕ ਤੱਕ ਵਾਇਆ ਅਜਨਾਲਾ ਰਮਦਾਸ ਤੋਂ ਲੈ ਕੇ ਡੇਰਾ ਬਾਬਾ ਨਾਨਕ, ਤਾਂ ਕਿ ਲੋਕ ਆਸਾਨੀ ਨਾਲ ਆ ਜਾ ਸਕਣ, ਡੇਰਾ ਬਾਬਾ ਨਾਨਕ ਉਹਨੂੰ ਵਸਾਇਆ ਜਾਵੇ। ਔਰ ਉਹਦੇ ਵਾਸਤੇ ਸਰਕਾਰ ਅੰਤਰਰਾਸ਼ਟਰੀ ਪੱਧਰ ਦੀ ਪਲੈਨਿੰਗ ਕਰੇ, ਉਹਦੇ ਵਿੱਚ ਬੱਸ ਟਰਮੀਨਲ ਚੰਗੇ ਬਣੇ ਹੋਣ, ਉਹਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਹਦਾ ਨਵੀਨੀਕਰਨ ਕੀਤਾ ਜਾਵੇ, ਰਮਦਾਸ ਦਾ ਰੇਲਵੇ ਸਟੇਸ਼ਨ ਹੈ ਉਹਦਾ ਨਵੀਨੀਕਰਨ ਕੀਤਾ ਜਾਵੇ। ਸੜਕਾਂ ਦੇ ਜਿੰਨੀਆਂ ਵੀ ਸੜਕਾਂ ਆਉਂਦੀਆਂ, ਚਾਹੇ ਗੁਰਦਾਸਪੁਰ ਤੋਂ ਉੱਥੇ ਆਉਂਦੀ ਹੈ, ਚਾਹੇ ਬਿਆਸ ਤੋਂ ਵਾਇਆ ਮਹਿਤਾ ਬਟਾਲਾ ਉੱਥੇ ਸੜਕ ਆਉਂਦੀ ਹੈ, ਇਹਨਾਂ ਸਾਰਿਆਂ ਨੂੰ ਫਰੀ ਵੇ
4 ਲੇਨ ਜਿਹੜੇ ਆ ਉਹ ਸਰਕਾਰ ਬਣਾਵੇ ਤੇ ਇਹ ਨੈਸ਼ਨਲ ਹਾਈਵੇ ਡਿਕਲੇਅਰ ਕਰਕੇ ਸਰਕਾਰ ਇਹਨਾਂ ਦੀ ਜਿਹੜੀ ਮੇਨਟੇਨੈਂਸ ਆ ਉਹ ਆਪਣੇ ਕੋਲ ਕੇਂਦਰ ਸਰਕਾਰ ਲਵੇ। ਇਹ ਮੇਰਾ ਅੱਜ ਇੱਕ ਸਵਾਲ ਸੀ ਔਰ ਮੇਰਾ ਮੰਨਣਾ ਹੈ ਕਿ ਜੇ ਮੈਟਰੋ ਮਿਲ ਜੇ ਸਾਨੂੰ ਨੈਸ਼ਨਲ ਹਾਈਵੇ ਬਣ ਜਾਣ ਉੱਥੇ ਪੂਰਾ ਪ੍ਰਬੰਧ ਹੋ ਜੇ ਜਿਹੜੀ ਸਿੱਖ ਸੰਗਤ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਗੁਰੂ ਸਾਹਿਬਾਨ ਦੇ ਨਾਲ ਪਿਆਰ ਕਰਦੇ ਆ ਧਰਮਾਂ ਦੇ ਉੱਪਰ ਉੱਠ ਕੇ ਉਹ ਸਾਰੇ ਲੋਕ ਬੜੇ ਆਸਾਨ ਤਰੀਕੇ ਦੇ ਨਾਲ ਕਰਤਾਰਪੁਰ ਸਾਹਿਬ ਜਿਹੜਾ ਆ ਜਾ ਸਕਣਗੇ। ਸੋ ਆਪ ਸਭ ਦਾ ਬਹੁਤ ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਇਸ ਲਾਂਘੇ ਦੇ ਕੰਮ ਨੂੰ ਕਿੰਨੀ ਤੇਜ਼ੀ ਨਾਲ ਮੁਕੰਮਲ ਕਰਦੀਆਂ ਨੇ ਅਤੇ ਇਸ ਲਾਂਘੇ ਨੂੰ ਦੁਨੀਆਂ ਦੇ ਨਕਸ਼ੇ ਤੇ ਕਿਸ ਤਰ੍ਹਾਂ ਉਭਾਰਦੀਆਂ ਨੇ। ਬਿਊਰੋ ਰਿਪੋਰਟ। ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਵੱਲੋਂ ਸ਼ੁਰੂ ਕੀਤਾ ਗਿਆ ਇਨਸਾਫ਼ ਮਾਰਚ ਸੰਗਰੂਰ ਪਹੁੰਚ ਚੁੱਕਿਆ। ਇੱਥੇ ਪਹੁੰਚੇ ਇਨਸਾਫ਼ ਮਾਰਚ ਦਾ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸਮੇਂ ਸੁਖਪਾਲ ਖਹਿਰਾ ਤੇ ਸਿਮਰਜੀਤ ਬੈਂਸ ਨੇ ਕਾਂਗਰਸ ਅਤੇ ਅਕਾਲੀ ਭਾਜਪਾ ਉੱਤੇ ਤਿੱਖੇ ਹਮਲੇ ਕੀਤੇ। ਦੇਖੋ ਇਹ ਕਾਂਗਰਸ ਦੀ ਜਿੱਤ ਘੱਟ ਹੋਈ ਆ ਅਤੇ ਬੀਜੇਪੀ ਦੀ ਅਤੇ ਮੋਦੀ ਦੀ ਜਿਹੜੀ ਝੂਠੀਆਂ ਨੀਤੀਆਂ ਸੀ ਉਹਦੀ ਹਾਰ ਜ਼ਿਆਦਾ ਹੋਈ ਆ। ਵੈਸੇ ਵੀ ਦੇਸ਼ ਵਿੱਚ ਨੈਗੇਟਿਵ ਪੋਲੀਟਿਕਸ ਆ, ਇੱਥੇ ਹਮੇਸ਼ਾ ਇਲੈਕਸ਼ਨਾਂ ਦੇ ਵੇਲੇ ਇਹ ਨਾਰਾ ਲੱਗਦਾ ਕਿ ਇਸ ਵਾਰ ਇਸ ਫਲਾਂ ਪਾਰਟੀ ਨੂੰ ਹਰਾਉਣਾ, ਔਰ ਇਸ ਦੇਸ਼ ਦੇ ਵਿੱਚ ਬੈਂਕਰਪਸੀ ਆ ਪੋਲੀਟੀਕਲ, ਕਿਉਂਕਿ ਮੱਧਿਆ ਪ੍ਰਦੇਸ਼ ਰਾਜਸਥਾਨ ਕਈ ਵਾਰ ਕਾਂਗਰਸ ਅਤੇ ਬੀਜੇਪੀ ਰਾਜ ਕਰ ਚੁੱਕੀਆਂ ਲੇਕਿਨ ਲੋਕਾਂ ਦੀ ਸਮੱਸਿਆ ਤਾਂ ਉੱਥੇ ਹੀ ਆ। ਔਰ ਹੁਣ ਤੁਸੀਂ ਦੇਖਿਆ ਕਿ ਰਾਹੁਲ ਗਾਂਧੀ ਪਹਿਲੇ ਦਿਨ ਹੀ ਮੁੱਕਰ ਗਏ, ਜਿਹੜੇ ਕਹਿੰਦੇ ਸੀ 10 ਦਿਨਾਂ 'ਚ ਅਸੀਂ ਕੁੱਲ ਮੱਧਿਆ ਪ੍ਰਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ, ਉਹ ਕੱਲ੍ਹ ਆਪਣੇ ਸਟੇਟਮੈਂਟ ਤੋਂ ਵਿਦਡਰਾਅ ਕਰਕੇ। ਤੁਸੀਂ ਇੱਕ ਸਾਲ ਬਾਅਦ ਦੇਖਣਾ ਇਹੀ ਜਿਹੜਾ ਗੁੱਸਾ ਅੱਜ ਬੀਜੇਪੀ ਦੇ ਖਿਲਾਫ਼ ਆ, ਇਹੀ ਗੁੱਸਾ ਤੁਹਾਨੂੰ ਕਾਂਗਰਸ ਦੇ ਖਿਲਾਫ਼ ਦੇਖਣ ਨੂੰ ਮਿਲੇਗਾ। ਸਾਡਾ ਇਨਸਾਫ਼ ਮਾਰਚ ਦਾ ਉਦੇਸ਼, ਜੋ ਪੰਜਾਬ ਦੇ ਵਿੱਚ ਬੇਇਨਸਾਫ਼ੀ ਦਾ ਮਾਹੌਲ ਹੈ, ਅੱਜ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਆ, ਕਿਸਾਨ ਅਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ, ਅੱਜ ਭ੍ਰਿਸ਼ਟਾਚਾਰ ਬੇਤਹਾਸ਼ਾ ਪੰਜਾਬ, ਮਾਫੀਆ ਰਾਜ, ਉਹੀ ਅਕਾਲੀ ਪਿੱਛੇ ਹਟ ਗਏ ਨੇ, ਕਾਂਗਰਸ ਮਾਫੀਆ ਮੋਹਰੇ ਆ ਗਿਆ ਵਾ, ਸਾਡੇ ਨੌਜਵਾਨ ਲੱਖਾਂ ਦੀ ਤਾਦਾਦ ਵਿੱਚ ਬੇਰੁਜ਼ਗਾਰ ਨੇ, ਔਰ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਐਜੂਕੇਸ਼ਨ ਅਤੇ ਹੈਲਥ ਕੇਅਰ ਹੈ ਪ੍ਰਣਾਲੀ ਉਹ ਬਿਲਕੁਲ ਢਹਿ ਢੇਰੀ ਹੋ ਚੁੱਕੀ ਆ। ਇਸ ਦੇਸ਼, ਇਸ ਪੰਜਾਬ ਵਿੱਚ ਸਾਰੇ ਨਾਗਰਿਕ ਲੱਖਾਂ ਦੀ ਤਾਦਾਦ ਵਿੱਚ ਇਹ ਆਪਣਾ ਸੂਬਾ ਹੀ ਛੱਡ ਛੱਡ ਕੇ ਬਾਹਰ ਜਾਈ ਜਾਂਦੇ ਨੇ। ਇਹ ਸਾਰਾ ਗੁੱਸਾ ਜੋ ਰਵਾਇਤੀ ਪਾਰਟੀਆਂ ਰਵਾਇਤੀ ਟੱਬਰਾਂ ਦੇ ਖਿਲਾਫ਼ ਆ, ਉਹ ਅਸੀਂ ਇਨਸਾਫ਼ ਮਾਰਚ ਰਾਹੀਂ ਲੋਕਾਂ ਦੇ ਸਾਹਮਣੇ ਇਸ਼ੂ ਨੂੰ ਹਾਈਲਾਈਟ ਕਰਨ ਜਾ ਰਹੇ ਹਾਂ। ਇਨਸਾਫ਼ ਮਾਰਚ 8 ਤਰੀਕ ਤੋਂ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤਲਵੰਡੀ ਸਾਬੋ ਔਰ ਸਮਾਪਤੀ 16 ਤਰੀਕ ਨੂੰ ਮਹਿਲਾਂ ਵਾਲੇ ਸ਼ਹਿਰ ਪਟਿਆਲੇ ਮਹਿਲਾਂ ਦਾ ਦਰਵਾਜ਼ਾ ਖੜਕਾ ਕੇ ਇਨਸਾਫ਼ ਲੈਣ ਵਾਸਤੇ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਬੇਅਦਬੀ, ਚਾਹੇ ਉਹ ਨਿਹੱਥੀ ਸੰਗਤ ਦੇ ਉੱਤੇ ਗੋਲੀਆਂ, ਚਾਹੇ ਉਹ ਕਿਸਾਨ ਖੁਦਕੁਸ਼ੀਆਂ, ਜਵਾਨ ਨਸ਼ੇ ਦੇ ਨਾਲ ਮਰ ਰਹੇ ਆ, ਨੌਜਵਾਨ ਬੇਰੁਜ਼ਗਾਰ, ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਇਨਸਾਫ਼ ਮਾਰ ਜਦੋਂ ਅਪੀਲ ਦਲੀਲ ਅਤੇ ਵਕੀਲ ਇਹ ਫੇਲ ਹੋ ਜਾਣ ਤਾਂ ਫਿਰ ਵਾਧੇ ਖਲਕ ਨਗਾੜਾ ਇਹ ਖੁਦਾ, ਫਿਰ ਲੋਕ ਆਪ ਮੁਹਾਰੇ ਸੜਕਾਂ 'ਤੇ ਆ ਜਾਂਦੇ, ਕਿਸੇ ਨੂੰ ਕੋਈ ਸੱਦਾ ਪੱਤਰ ਨਹੀਂ ਭੇਜਿਆ, ਆਪ ਮੁਹਾਰੇ ਲੋਕਾਂ ਦਾ ਆਪਣੇ ਘਰਾਂ 'ਚੋਂ ਨਿਕਲ ਕੇ ਸੜਕਾਂ 'ਤੇ ਆਉਣਾ, ਦੁਕਾਨਾਂ 'ਚੋਂ ਨਿਕਲ ਕੇ ਬਾਹਰ ਸਵਾਗਤ ਕਰਨਾ, ਇਸ ਗੱਲ ਦਾ ਪ੍ਰਤੀਕ ਸੰਕੇਤ ਹੈ ਕਿ ਜਿੱਥੇ ਲੋਕ 10 ਸਾਲ ਦਾ ਲੰਬਾ ਅਰਸਾ ਬਾਦਲਾਂ ਤੋਂ ਕੁੱਟ ਖਾ ਕੇ ਆਪਣੇ ਆਪ ਨੂੰ ਲਟਾਉਂਦੇ ਰਹੇ ਅਤੇ ਉੱਥੇ 20 ਮਹੀਨਿਆਂ ਦੀ ਕਾਂਗਰਸ ਹਕੂਮਤ ਉਹਦੇ ਨਾਲ ਵੀ 4 ਰੱਤੀਆਂ ਉੱਤੇ ਚਲੀ ਗਈ। ਇਸ ਕਰਕੇ ਲੋਕ ਨਿਆਂ ਪਸੰਦ ਪੰਜਾਬ ਦੇ ਹਿਤੈਸ਼ੀ ਇੱਕ ਮੰਚ 'ਤੇ ਇਕੱਠੇ ਹੋਣ ਜਾ ਰਹੇ। ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ, ਪਰ ਫਿਲਹਾਲ ਵਿਹਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਰੁਕ ਕਰ ਲੈਂਦੇ ਹਾਂ ਅਗਲੀ ਖਬਰ ਦਾ। ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਸਰਬਸੰਮਤੀ ਨਾਲ ਪਿੰਡ ਦੀਆਂ ਪੰਚਾਇਤਾਂ ਦੇ ਸਰਪੰਚਾਂ ਨੂੰ ਚੁਣਿਆ ਗਿਆ। ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹਨਾਂ ਦਾ ਮੁੱਖ ਉਦੇਸ਼ ਹੈ ਕਿ ਪੰਚਾਇਤੀ ਚੋਣਾਂ ਨਿਰਪੱਖ ਹੋਣ ਅਤੇ ਸਰਬਸੰਮਤੀ ਨਾਲ ਪਿੰਡਾਂ ਦੇ ਲੋਕ ਆਪਣਾ ਸਰਪੰਚ ਆਪ ਚੁਣਨ, ਕਿਉਂਕਿ ਦੇਖਣ ਵਿੱਚ ਆਇਆ ਹੈ ਕਿ ਇਹਨਾਂ ਚੋਣਾਂ ਵਿੱਚ ਫਜ਼ੂਲ ਖਰਚੇ ਵਧੇਰੇ ਕੀਤੇ ਜਾਂਦੇ ਨੇ। ਤੱਕ ਤਕਰੀਬਨ 80 ਪਿੰਡਾਂ ਦਾ ਫੈਸਲਾ ਹੋ ਚੁੱਕਿਆ, 80 ਪਿੰਡਾਂ ਦੇ ਫੈਸਲੇ ਹੋ ਗਏ, ਬਾਕੀ ਜਿਹੜੇ ਰਹਿੰਦੇ ਉਹ ਵੀ ਮੈਂ ਸ਼ਾਮ ਤੱਕ ਕਰ ਦਿੰਦੇ ਹਾਂ। ਕੱਲ੍ਹ ਸਾਡਾ ਵਿਧਾਨ ਸਭਾ ਦਾ ਸੈਸ਼ਨ ਆ, ਮੈਂ ਉੱਥੇ ਚਲ ਜਾਣਾ ਔਰ ਮੈਂ ਚਾਹੁੰਦਾ ਕਿ ਇਸ ਪੰਚਾਇਤ ਦੀ ਇਲੈਕਸ਼ਨ ਨੂੰ ਲੈ ਕੇ ਸਾਡਾ ਕੋਈ ਵੀ ਧੜਾ ਇੱਕ ਦੂਜੇ ਦੇ ਆਮਣ ਸਾਹਮਣੇ ਨਾ ਖਲੋਵੇ, ਕਿਤੇ ਥਾਂ 'ਤੇ ਲੜਾਈ ਨਾ ਹੋਵੇ, ਖਰਚਾ ਨਾ ਹੋਵੇ, ਝਗੜਾ ਨਾ ਹੋਵੇ। ਔਰ ਜੇ ਮੈਂ ਚਾਹੁੰਦਾ ਕਿ ਮੈਂ ਵੀ ਕਿਸੇ ਪਿੰਡ ਦੇ ਵਿੱਚ ਕੋਈ ਪੈਸੇ ਲੈ ਕੇ ਸਰਪੰਚ ਨਹੀਂ ਬਣਾਉਣਾ ਚਾਹੁੰਦਾ,
ਅਤੇ ਮੈਂ ਇਹ ਵੀ ਚਾਹੁੰਦਾ ਕਿ ਕੋਈ ਵੀ ਬੰਦਾ ਪੰਚਾਇਤ ਮੈਂਬਰ ਬਣਨ ਵਾਸਤੇ ਜਾਂ ਸਰਪੰਚ ਬਣਨ ਵਾਸਤੇ ਪੈਸੇ ਨਾ ਖਰਚੇ ਔਰ ਅਸੀਂ ਸਾਰੇ ਰਲ ਮਿਲ ਕੇ ਪਿੰਡ ਦੇ ਵਿਕਾਸ ਵਾਸਤੇ ਕੰਮ ਕਰੀਏ, ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰੀਏ, ਹੱਲ ਕਰੀਏ, ਲੋਕਾਂ ਨੂੰ ਖੁਸ਼ ਕਰੀਏ, ਕੱਲ੍ਹ ਨੂੰ ਚਾਰ ਬੰਦੇ ਹੋਰ ਸਾਡੇ ਨਾਲ ਜੁੜਨ, ਸਰਬਸੰਮਤੀ ਹੋਵੇ ਔਰ ਸਾਡੀ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੀਆਂ ਪੰਚਾਇਤਾਂ ਦੀ ਸਰਬਸੰਮਤੀ ਹੋਏਗੀ ਉਹਨੂੰ 2 ਲੱਖ ਰੁਪਈਆ ਦੇਣਾ ਔਰ ਅਸੀਂ ਸਾਰਿਆਂ ਨੇ ਮਿਲ ਕੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਸਾਡੇ ਪੰਚਾਇਤ ਮੰਤਰੀ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ 2 ਲੱਖ ਨਹੀਂ ਪਿੰਡ ਦੀ ਪੰਚਾਇਤ ਨੂੰ 5 ਲੱਖ ਰੁਪਈਆ ਕਰੋ ਜਿਹੜੀ ਵੀ ਸਰਬਸੰਮਤੀ ਨਾਲ ਹੁੰਦੀ ਔਰ ਉਹ ਸਰਕਾਰ ਨਾਲ ਗੱਲ ਚੱਲ ਰਹੀ ਆ, CM ਸਾਹਿਬ ਨਾਲ ਗੱਲ ਚੱਲ ਰਹੀ ਆ ਅਤੇ ਜੇ 5 ਲੱਖ ਹੋ ਜਾਵੇ ਅਸੀਂ ਕੱਲ੍ਹ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਸ ਗੱਲ ਦੀ ਆਵਾਜ਼ ਉਠਾਵਾਂਗੇ ਅਤੇ 5 ਲੱਖ ਹੋ ਜਾਵੇ ਅਤੇ ਸਾਡੇ ਮੈਂ ਸਮਝਦਾ ਕਿ ਸਾਡੇ ਪਿੰਡਾਂ ਦਾ ਵਿਕਾਸ ਜਿਹੜਾ ਬਹੁਤ ਵੱਡੇ ਪੱਧਰ 'ਤੇ ਹੋਇਆ ਹਾਲੇ ਦੇ ਸਾਰੇ। ਮੈਂ ਇਹਨਾਂ ਨੂੰ ਕਿਹਾ ਕਿ ਮੈਂ ਕਿਹਾ ਜੇ ਤੁਸੀਂ ਪਿੰਡਾਂ 'ਚ ਪੈਸੇ ਲਾਓਗੇ, ਪੈਸੇ ਲਾ ਕੇ ਪੰਚਾਇਤ ਦੀ ਇਲੈਕਸ਼ਨ ਲੜੋਗੇ ਅਤੇ ਕੱਲ੍ਹ ਨੂੰ ਅਸੀਂ ਮੜੀਆਂ ਦੀ ਗ੍ਰਾਂਟ ਭੇਜਦੇ ਹਾਂ, ਤੁਸੀਂ ਉਹਦੇ ਵਾਲੀ ਝੱਕਣਾ ਕਿ ਅਸੀਂ ਮੜੀਆਂ ਦੇ ਪੈਸਿਆਂ ਦੇ ਵਿੱਚੋਂ ਖਾਈਏ। ਸੋ ਮੈਂ ਚਾਹੁੰਦਾ ਕਿ ਕੋਈ ਐਸੀ ਗੱਲ ਨਾ ਬਣੇ ਔਰ ਮੈਨੂੰ ਬੜੇ ਵੱਡੇ ਪੱਧਰ 'ਤੇ ਸਹਿਯੋਗ ਮਿਲ ਰਿਹਾ। ਸਰਪੰਚੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਧੜੇਬੰਦੀਆਂ ਹੋਣ ਕਰਕੇ ਲੜਾਈ ਦਾ ਡਰ ਵੀ ਬਣਿਆ ਰਹਿੰਦਾ ਸੀ, ਪਰ ਹਰਮਿੰਦਰ ਸਿੰਘ ਗਿੱਲ ਨੇ ਚੰਗੀ ਪਹਿਲ ਕੀਤੀ ਹੈ ਜਿਸ ਦੇ ਚੱਲਦਿਆਂ ਵੱਖ-ਵੱਖ ਪਿੰਡਾਂ 'ਚ ਹੁਣ ਤੱਕ 90 ਦੇ ਕਰੀਬ ਸਰਪੰਚਾਂ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ। ਬਿਊਰੋ ਰਿਪੋਰਟ। ਜਲੰਧਰ ਦੇ ਨੇੜਲੇ ਗਦਾਈਪੁਰ 'ਚ ਇੱਕ ਸਥਾਨਕ ਫੈਕਟਰੀ ਵਿੱਚ ਸਿਲੰਡਰ ਬਲਾਸਟ ਹੋਣ ਨਾਲ 3 ਫੈਕਟਰੀ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ ਨੇ। ਜ਼ਖਮੀ ਹੋਏ ਮਜ਼ਦੂਰਾਂ ਨੂੰ ਨੇੜਲੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੇ ਪਹੁੰਚੇ DSP ਦਿਗਵਿਜੇ ਕਪਿਲ ਨੇ ਸਿਲੰਡਰ ਧਮਾਕੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਨਾਂ ਦੀ ਫੈਕਟਰੀ ਗਦਈਪੁਰ ਖਾਣਾ ਮਕਸੂਦਾਂ, ਇੱਥੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕੰਮ ਕਰਦੇ ਹੋਏ 3 ਨੌਜਵਾਨ ਜਿਹੜੇ ਮਜ਼ਦੂਰ ਸੀਗੇ ਉਹਨਾਂ ਨੂੰ ਸੱਟਾਂ ਲੱਗੀਆਂ, ਇੱਕ ਉੱਥੇ ਸਿਲੰਡਰ ਬਲਾਸਟ ਹੋਇਆ। ਨਾਲ ਮੌਕੇ 'ਤੇ ਅਸੀਂ ਆ ਗਏ, ਅਸੀਂ ਵੇਰੀਫਾਈ ਕਰ ਰਹੇ ਹਾਂ ਕੌਜ਼ ਆਫ ਐਕਸੀਡੈਂਟ ਕੀ ਹੈ ਔਰ ਜੋ ਬਣਦੀ ਕਾਰਵਾਈ ਅਸੀਂ ਸਮੱਸਿਆ। ਸਰ, ਕੋਈ ਬਲਾਸਟ ਦਾ ਕਾਰਨ ਪਤਾ ਚੱਲਿਆ ਜੀ? ਟੈਕਨੀਕਲ ਟੈਕਨੀਕਲ ਰੀਜ਼ਨ ਚੈੱਕ ਕਰ ਰਹੇ ਹਾਂ, ਟੈਕਨੀਕਲ ਜੋ ਵੀ ਹੈ ਅਸੀਂ ਉਹ ਪੂਰਾ ਵੇਰੀਫਾਈ ਕਰਕੇ ਕੋਈ ਬਣਦੀ ਕਾਰਵਾਈ ਹੈ ਉਹਨਾਂ ਮਤਲਬ। ਸਰ, ਇਹ ਕਿਹੜੀ ਫੈਕਟਰੀ ਹੈ ਔਰ ਕਿਸ ਜਗ੍ਹਾ 'ਤੇ ਹੈ? ਯੂਨਾਈਟਿਡ ਕਾਸਟਿੰਗ ਕਰਕੇ ਫੈਕਟਰੀ ਹੈ ਔਰ ਇਹ ਗਦਈਪੁਰ ਏਰੀਏ 'ਚ ਖਾਣਾ ਮਕਸੂਦਾਂ ਦੇ ਹੱਥ 'ਚ ਪੈਂਦੀ ਹੈ। ਅਤੇ ਸਰ, ਮਾਲਕ ਦਾ ਕੀ ਨਾਮ ਹੈ? ਇਹ ਵਿਪਿਨ ਧੀਰ ਇਹਨਾਂ ਦੇ ਮਾਲਕ ਹੈ ਔਰ 1996 ਦੀ ਫੈਕਟਰੀ ਚੱਲ ਰਹੀ ਹੈ। ਇਸ ਤੋਂ ਇਲਾਵਾ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਅਕੋਰਡਿੰਗਲੀ ਜੋ ਵੀ ਹੈ ਪਤਾ ਕਰਕੇ ਬੰਦੀ ਪੁਲਿਸ ਕਾਰਵਾਈ। ਇਸ ਘਟਨਾ ਸਮੇਂ ਫੈਕਟਰੀ ਦੇ ਮਾਲਕ ਵਿਪਨ ਧੀਰ ਫੈਕਟਰੀ 'ਚ ਮੌਜੂਦ ਸਨ, ਜਿਨ੍ਹਾਂ ਨੇ ਜ਼ਖਮੀ ਹੋਏ ਮਜ਼ਦੂਰਾਂ ਨੂੰ ਮੌਕੇ 'ਤੇ ਹਸਪਤਾਲ ਵਿੱਚ ਦਾਖਲ ਕਰਵਾਇਆ। ਮੈਂ ਹਲੇ ਇਨਵੈਸਟੀਗੇਟ ਕਰਾਂ, ਇਹ ਪਤਾ ਲੱਗੇਗਾ ਕਿ ਕੀ। ਸਰ, ਇਨਵੈਸਟੀਗੇਸ਼ਨ ਤਾਂ ਪੁਲਿਸ ਕਰੂਗੀ ਨਾ? ਸਰ, ਮੈਂ ਇਸ ਐਕਸੀਡੈਂਟ ਨੂੰ ਤਾਂ ਨਹੀਂ ਐਕਸੀਡੈਂਟ ਦਿੱਕੂ ਤਾਂ ਨਹੀਂ ਹੋਇਆ ਜੀ। ਦੋ ਗੱਲਾਂ ਵੀ ਬੋਲੀ। ਸਰ, ਜਦੋਂ ਇੰਸੀਡੈਂਟ ਹੋਇਆ ਤੁਸੀਂ ਕਿੱਥੇ ਸੀ? ਮੈਂ ਫੈਕਟਰੀ 'ਚ ਸੀ। ਸਰ, ਇਹ ਧਮਾਕਾ ਜਿਸ ਤਰ੍ਹਾਂ ਹੋਇਆ ਉਹ ਤੁਸੀਂ ਮਤਲਬ ਦੇਖਿਆ, ਕੀ ਦੇਖਿਆ ਉਹਦੇ ਵਿੱਚ? ਕੁਛ ਨਹੀਂ ਸਰ, ਸਰ ਕਿੰਨੇ ਬੰਦੇ ਅੰਦਰ ਕੰਮ ਕਿੰਨੇ ਬੰਦੇ ਕਰ ਰਹੇ ਸੀ? 3 ਲੜਕੇ ਸੀਗੇ ਅੰਦਰ ਉਸਦੇ। ਉਹਨਾਂ ਨੂੰ ਅਸੀਂ ਇਮੀਡੀਏਟਲੀ ਜਿਸ ਤਰ੍ਹਾਂ ਹੀ ਉਹ ਥੋੜ੍ਹਾ ਧੂੰਆਂ ਜਿਹਾ ਹਟਿਆ, ਮਤਲਬ ਗੁਬਾਰ ਜਿਹਾ ਹਟਿਆ, ਅਤੇ ਦੇਖਿਆ ਤਾਂ ਉਹ 2 ਲੜਕੇ ਤਾਂ ਆਪਣੇ ਆਪ ਬਾਹਰ ਆ ਗਏ, ਇੱਕ ਉੱਥੇ ਗਿਰਿਆ ਹੋਇਆ ਸੀ, ਉਹ ਅਸੀਂ 3 ਨੂੰ ਚੱਕ ਕੇ ਦੇ ਹੌਸਪੀਟਲ ਲੈ ਗਏ। ਗਦਾਈਪੁਰ 'ਚ ਸਥਾਨਕ ਫੈਕਟਰੀ ਵਿੱਚ ਸਿਲੰਡਰ ਫਟਣ ਨਾਲ ਜ਼ਖਮੀ ਹੋਏ ਮਜ਼ਦੂਰਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਬਿਊਰੋ ਰਿਪੋਰਟ। ਪ੍ਰਸਿੱਧ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਗਾਇਕ ਦਲੇਰ ਮਹਿੰਦੀ ਨੇ ਪਰਿਵਾਰਕ ਮੈਂਬਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪਰਿਵਾਰ ਸਮੇਤ ਗੁਰੂ ਘਰ ਨਤਮਸਤਕ ਹੋ ਕੇ ਮਨ ਨੂੰ ਸਕੂਨ ਮਿਲਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਲੇਰ ਮਹਿੰਦੀ ਨੂੰ ਸਨਮਾਨਿਤ ਵੀ ਕੀਤਾ ਗਿਆ। ਦਲੇਰ ਮਹਿੰਦੀ ਨੇ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਾਸ ਧੰਨਵਾਦ ਕੀਤਾ। ਮੈਂ ਬਹੁਤ 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 ਧੰਨਵਾਦ ਹੈ ਗੁਰੂ ਮਹਾਰਾਜ ਦਾ ਕਿ ਮਹਾਰਾਜ ਨੇ ਕਿਰਪਾ ਕੀਤੀ ਅੱਜ ਔਰ ਇੰਨਾ ਸੋਹਣਾ ਮੌਕਾ ਬਣਿਆ ਮਹਾਰਾਜ ਦਰਸ਼ਨ ਔਰ ਮਹਾਰਾਜ ਵੱਲੋਂ ਹੀ ਸੰਗਤਾਂ ਵੱਲੋਂ ਹੀ ਹੁਕਮ ਹੈਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋ ਪ੍ਰਕਾਸ਼ ਸਭ ਸਾਰੇ ਸੰਸਾਰ ਨੇ ਅਗਲੇ ਸਾਲ ਮਨਾਉਣਾ ਹੈ ਤਾਂ ਉਹਦੇ ਵਾਸਤੇ ਗੁਰੂ ਮਹਾਰਾਜ ਨੇ ਸੇਵਾ ਲਾਈ। ਸੋ ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਆਪ ਸਮਤ ਬਖਸ਼ਣ, ਇੰਨਾ ਹੀ ਪਿਆਰਾ ਕੀਰਤਨ ਗਾਇਨ ਕਰਾਉਣ ਕਿ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸਵਾਸ ਅਤੇ ਘਰ ਘਰ ਸਾਰੀ ਲੁਕਾਈ ਜਿਹੜੀ ਹੈ ਉਸ ਸ਼ਬਦ ਨੂੰ ਸੁਣਨ ਔਰ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਨ। ਮੈਂ SGPC ਦਾ ਔਰ ਸਾਰੀ ਸੰਗਤਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈਗਾ ਕਿ ਉਹਨਾਂ ਨੇ ਇਸ ਲਾਇਕ ਸਮਝਿਆ ਕਿ ਜੋ ਸੇਵਾ ਮੈਨੂੰ ਦਿੱਤੀ ਹੈ ਔਰ ਮੇਰੀ ਪੂਰੀ ਪੂਰੀ
ਕੋਸ਼ਿਸ਼ ਹੈਗੀ ਹੈ ਕਿ ਗੁਰੂ ਮਹਾਰਾਜ ਆਪ ਕਿਰਪਾ ਕਰਨ, ਬਹੁਤ ਸੋਹਣਾ ਸ਼ਬਦ ਗਾਇਨ। ਕੁਆਟਰ ਫਾਈਨਲ ਗੇੜ ਦੇ ਆਖਰੀ ਮੈਚ 'ਚ ਭਾਰਤ ਨੂੰ ਨੀਦਰਲੈਂਡ ਨੇ 2-1 ਨਾਲ ਹਰਾ ਦਿੱਤਾ ਹੈ। ਦੱਸਣਯੋਗ ਹੈ ਕਿ ਵਿਸ਼ਵ ਕੱਪ 2018 ਵਿੱਚ ਭਾਰਤੀ ਟੀਮ ਦੀ ਇਹ ਪਹਿਲੀ ਹਾਰ ਹੈ। ਸੈਮੀਫਾਈਨਲ ਵਿੱਚ ਆਸਟ੍ਰੇਲੀਆ ਅਤੇ ਇੰਗਲੈਂਡ ਪਹਿਲਾਂ ਤੋਂ ਹੀ ਪਹੁੰਚ ਚੁੱਕੀਆਂ ਨੇ ਅਤੇ ਤੀਜੀ ਅਤੇ ਚੌਥੀ ਟੀਮ ਵਜੋਂ ਬੈਲਜੀਅਮ ਅਤੇ ਨੀਦਰਲੈਂਡ ਵੀ ਪਹੁੰਚ ਚੁੱਕੀਆਂ ਨੇ। ਕੁਆਟਰ ਫਾਈਨਲ ਦੇ ਇਸ ਮੈਚ ਵਿੱਚ ਨੀਦਰਲੈਂਡ ਅਤੇ ਭਾਰਤੀ ਟੀਮਾਂ ਨੇ ਪਹਿਲੇ ਹੀ ਕੁਆਟਰ ਵਿੱਚ 1-1 ਗੋਲ ਕਰ ਲਏ ਸਨ ਅਤੇ ਫਿਰ ਹਾਫ ਟਾਈਮ ਤੱਕ ਕੋਈ ਵੀ ਗੋਲ ਨਾ ਹੋ ਸਕਿਆ। ਇਸ ਤੋਂ ਬਾਅਦ 50ਵੇਂ ਮਿੰਟ ਵਿੱਚ ਨੀਦਰਲੈਂਡ ਨੇ ਦੂਜਾ ਗੋਲ ਦਾਗ ਕੇ ਭਾਰਤ ਵਿਰੁੱਧ ਜਿੱਤ ਹਾਸਲ ਕੀਤੀ। ਅੱਜ ਦੇ ਇਸ ਬੁਲੇਟਿਨ ਵਿੱਚ ਇੰਨੇ ਹੀ। ਨਵੀਆਂ ਅਤੇ ਤਾਜ਼ਾ ਖਬਰਾਂ ਲੈ ਕੇ ਮੁੜ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।